ਕਰੀਏ ਗਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹਿਸ ਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਸੂਬੇ ਦੇ ਆਹ ਸਕੂਲਾਂ ਦੇ ਖਿਲਾਫ ਵੱਡੀ ਕਾਰਵਾਈ ਕਰੇਗੀ ਪੰਜਾਬ ਸਰਕਾਰ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਇਸ ਵੇਲੇ ਦੀ ਵੱਡੀ ਖਬਰ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਾਈਵੇਟ ਸਕੂਲਾਂ ਦੇ ਵੱਲੋਂ ਫੀਸਾਂ ਦੇ ਵਿੱਚ ਆਪਣੀ ਮਰਜ਼ੀ ਦੇ ਨਾਲ ਕੀਤੇ ਜਾਣ ਵਾਲੇ ਵਾਅਦੇ ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ ਹੈ ਜੀ ਨਵਾਂ ਹੁਕਮ ਜਾਰੀ ਕਰ ਦਿੱਤਾ ਹੈ ਪ੍ਰਾਈਵੇਟ ਸਕੂਲ ਇਸ ਸੈਸ਼ਨ ਦੇ ਵਿੱਚ ਪਤਾ ਨਹੀਂ ਵਾਦਾ ਪਰ ਵਾਦਾ ਨਹੀਂ ਕਰ ਸਕਦੇ ਇਹਨਾਂ ਹੁਕਮਾਂ ਦੇ ਅਨੁਸਾਰ ਫੀਸਾਂ ਸਬੰਧੀ ਕਾਰਵਾਈ ਸੋਮਵਾਰ ਨੂੰ ਯਾਨੀ ਕਿ 11 April ਤੋਂ ਸ਼ੁਰੂ ਹੋ ਜਾਵੇਗੀ ਮਿਲੀ ਜਾਣਕਾਰੀ ਦੇ ਮੁਤਾਬਕ ਡੇਰਾ ਬਸੀ ਖਰੜ ਦੇ ਅਧੀਨ ਆਉਂਦੇ 419 ਸਕੂਲਾਂ ਤੇ ਹੋਰ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਨਾਮ ਦਾ ਆਉਂਦੇ ਹੁਕਮਾਂ ਇਹ ਜਾਂਚ ਹੋਵੇਗੀ ਇਸ ਦੇ ਲਈ ਸਾਰੇ ਸਕੂਲਾਂ ਦੀਆਂ ਕੇਸਾਂ ਦੀਆਂ ਜਾਣਕਾਰੀਆਂ ਸਬੂਤਾਂ ਸਮੇਤ ਇਕੱਠੀ ਕੀਤੀ ਜਾਵੇਗੀ ਨਾਲ ਹੀ ਸਾਰੇ ਸਕੂਲਾਂ ਨੂੰ 2022 ਅਤੇ 23 ਦੀ ਸਿਆਲਾ ਡਿਵੀਜ਼ਨ ਅਫੀਸਰ ਤੇ ਹਰ ਤਰ੍ਹਾਂ ਦੇ ਖਰਚਾ ਸਮੇਤ 15 ਉਹਨਾਂ ਦੇ ਏਜੰਟਾਂ ਦੀ ਜਾਂਚ ਹੋਵੇਗੀ ਦੱਸ ਦਈਏ ਕਿ ਰਿਪੋਰਟ ਇੱਕ ਹਫਤੇ ਦੇ ਵਿੱਚ ਜਾਂਚ ਟੀਮ ਜਿਹੜੀ ਵੀ ਇਸ ਜਾਂਚ ਦੌਰਾਨ ਕੋਈ ਵੀ ਫੀਸ ਦੇ ਵਿੱਚ ਵਾਧਾ ਕਰਦਾ ਪਾਇਆ ਜਾਂਦਾ ਤਾਂ ਉਸ ਦੇ ਖਿਲਾਫ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਦੱਸਣਯੋਗ ਹੈ ਕਿ ਜਾਂਚ ਦੇ ਵਿੱਚ 17 ਪ੍ਰਿੰਸੀਪਲਾਂ ਤੇ ਮਾਸਟਰਾਂ ਨੂੰ ਸ਼ਾਮਲ ਕੀਤਾ ਜਾਵੇਗਾ ਜਿਨ੍ਹਾਂ ਦੇ ਵੱਲੋਂ ਪੂਖਤਾ ਤਰੀਕੇ ਨਾਲ ਜਾਂਚ ਕੀਤੀ ਜਾਵੇਗੀ ਬਾਕੀ ਦੀ ਪੂਰੀ ਜਾਣਕਾਰੀ ਤੁਸੀਂ ਚੈਨਲ ਤੇ ਪਾਈ ਵੱਡੀ ਵੀਡੀਓ ਵਿੱਚ ਚੈੱਕ ਕਰ ਸਕਦੇ ਹੋ ਧੰਨਵਾਦ